ਸਤਿ ਸ਼੍ਰੀ ਅਕਾਲ ਦੋਸਤੋ, ਕਿਵੇਂ ਹੋ? ਫਿਲਹਾਲ ਮੈਂ ਜਾ ਰਹੀ ਹਾਂ ਬਾਜ਼ਾਰ ਸਮਾਨ ਲਿਆਉਣ ਵਾਸਤੇ, ਅਤੇ ਐਕਟੀਵਾ ਦੇ ਉੱਤੇ ਧੁੱਪ ਬਹੁਤ ਜ਼ਿਆਦਾ ਅਤੇ ਗਰਮੀ ਬੜੀ ਜ਼ਿਆਦਾ, ਸੋ ਆਪਾਂ ਲੈ ਲਈਏ ਕੋਲਡ ਡਰਿੰਕ। ਕੋਲਡ ਡਰਿੰਕ ਦੀਆਂ ਮੈਂ ਛੋਟੀਆਂ ਬੋਤਲਾਂ ਲੈਣੀ ਹੈ, ਕਿਉਂਕਿ ਮੇਰੇ ਨਿਆਣੇ ਨੂੰ ਜਦੋਂ ਵੇਖ ਲੈਂਦੇ ਨਾ ਨਾਲ ਹੀ ਜਿੱਦ ਕਰਨ ਲੱਗ ਜਾਂਦੇ ਕੋਲਡ ਡਰਿੰਕ ਦੀ, ਸੋ ਮੈਂ ਛੋਟੀਆਂ ਬੋਤਲਾਂ ਹੀ ਲਈਆਂ ਨੇ ਤੇਰੇ ਨੂੰ ਲਗਾ ਦੂੰਗੀ। ਦੋਸਤੋ ਕਿਵੇਂ ਹੋ? ਅਤੇ ਫਿਰ ਹੁਣ ਆਪਾਂ ਅੱਜ ਕਿਚਨ 'ਚ ਆ ਗਏ ਹਾਂ, ਅਤੇ ਤੁਸੀਂ ਵੀ ਆ ਜਾਓ ਮੇਰੇ ਨਾਲ, ਅਤੇ ਇੱਧਰ ਆਪਾਂ ਦੁੱਧ ਨੂੰ ਬੜਾ ਦਵਾਇਆ। ਅਤੇ ਇੱਧਰ ਮੈਂ ਬਣਾ ਰਹੀ ਹਾਂ ਚੌਲ, ਮੈਂ ਤੁਹਾਨੂੰ ਦਿਖਾਉਂਦੀ ਹਾਂ, ਟੈਂਟ ਰਹਿਣਾ ਹੈ, ਫੋਨ ਨਾ ਮੇਰਾ ਡਿੱਗ ਪਏ ਵਿੱਚ। ਇਹ ਮੈਂ ਚੌਲ ਧਰਿਆ, ਮੈਂ ਬਣਾਉਣ ਲੱਗੀ ਹਾਂ ਚਿਕਨ ਬਿਰਿਆਨੀ, ਅਤੇ ਬਹੁਤ ਵਧੀਆ ਕੁੱਕ ਨਹੀਂ ਗਈ ਮੈਂ, ਬਟ ਫਿਰ ਵੀ ਚਲੋ ਗੁਜ਼ਾਰੇ ਜੋਗੀ ਬਣਾ ਲੈਂਦੀ ਆ। ਅਤੇ ਇੱਧਰ ਮੈਂ ਚੌਲ ਬਣਾਤੇ ਆ, ਚੌਲਾਂ 'ਚ ਥੋੜ੍ਹਾ ਪਾਣੀ ਪਾ ਕੇ ਉਹਦੇ ਵਿੱਚ ਥੋੜ੍ਹੇ ਖੜੇ ਮਸਾਲੇ, ਲਾਚੀਆਂ ਲੁਚੀਆਂ ਜੇ ਉਹ ਪਾ ਕੇ ਥੋੜ੍ਹਾ ਜਿਹਾ ਨਮਕ ਪਾ ਦਿੱਤਾ ਵਾ, ਅਤੇ ਉਹ ਆਪਣੇ ਇੱਧਰ ਬਣਨ ਡਏ ਆ। ਹੁਣ ਇੱਧਰ ਮੈਂ ਕਰਨ ਲੱਗੀ ਹਾਂ ਚਿਕਨ ਮੈਰੀਨੇਟ, ਸੋ ਆ ਜਾਓ ਚਿਕਨ ਮੈਰੀਨੇਟ ਕਰਦੇ ਹਾਂ। ਅਤੇ ਆਹ ਮੇਰਾ ਛੋਟਾ ਬੀਬੀ ਤੁਹਾਨੂੰ ਮਿਲਣਾ ਚਾਹੁੰਦਾ ਆ, ਹੋਏ ਤੁਹਾਡੇ ਵਾਲ ਕੋ ਖਿਲੜੇ ਅੱਜ ਹੈ ਕੀ ਨਾ ਤਾਇਆ ਸੰਡੇਵਾਰ ਸੰਡੇਵਾਰ ਨਾ ਤਾਏ ਅੱਜ। ਹੈਲੋ ਕਰੋ ਸਾਰਿਆਂ ਨੂੰ। ਹੁਣ ਮੈਂ ਕਰਨ ਲੱਗੀ ਹਾਂ ਚਿਕਨ ਮੈਰੀਨੇਟ। ਇਹ ਬੋਨਲੈਸ ਚਿਕਨ ਲਿਆਏ ਆ ਕਵਲ, ਕਵਲ ਨੂੰ ਬੋਨਲੈਸ ਹੀ ਬਿਰਿਆਨੀ ਪਸੰਦ ਆ, ਅਤੇ ਆਪਾਂ ਇਹਦੇ ਵਿੱਚ ਪਾਈਏ ਆਪਣੇ ਲਾਈਟ ਜਿਹੀ ਦਿੱਕਤ ਹੈ ਐਡਜਸਟ ਕਰ, ਠੀਕ ਹੈ। ਸੋ ਇਹ ਹੈ ਸਾਡਾ ਚਿਕਨ। ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਦਹੀਂ, ਅਤੇ ਦਹੀਂ ਪਾ ਦਿੱਤਾ ਹੈ। ਹੁਣ ਮੈਂ ਇਹਦੇ 'ਚ ਪਾਊਂਗੀ ਲਾਲ ਮਿਰਚ, ਨਮਕ ਨਮਕ ਫਿਰ ਇਹ ਸਾਰੇ ਮਸਾਲੇ ਵਿੱਚ ਰਚ ਜਾਂਦੇ ਨੇ, ਤਾਂ ਫਿਰ ਫਿੱਕਾ ਫਿੱਕਾ ਜਿਹਾ ਨਹੀਂ ਲੱਗਦਾ, ਟੇਸਟ ਅੱਛਾ ਆਉਂਦਾ ਆ। ਮਸਾਲਾ ਚਿਕਨ ਮਸਾਲਾ ਐਡ ਕਰਾਂਗੇ ਆਪਾਂ ਇਹਦੇ 'ਚ, ਚਿਕਨ ਮਸਾਲਾ ਮੈਨੂੰ ਲੱਗਦਾ ਨਹੀਂ, ਚਿਕਨ ਬਿਰਿਆਨੀ ਮਸਾਲਾ ਹੈਗਾ, ਚਲੋ ਇਹੋ ਪਾ ਲੈਂਦੇ ਹਾਂ। ਚਲੋ, ਸੋ ਇਹ ਸਾਰੇ ਮਸਾਲੇ ਮੈਂ ਇਹਦੇ 'ਚ ਐਡ ਕਰਤੇ ਆ। ਹੁਣ ਇਹਨੂੰ ਆਪਾਂ ਅੱਛੀ ਤਰੀਕੇ ਨਾਲ ਹਿਲਾ ਦਾਂਗੇ, ਤਾਂ ਕਿ ਸਾਰੇ ਜਿਹੜੇ ਮਸਾਲੇ ਇਹਦੇ ਵਿੱਚ ਰਚ ਜਾਣ। ਸੋ ਇਹ ਥੋੜ੍ਹੇ ਜਿਹੇ ਨਾ ਪੀਸਿਸ ਵੱਡੇ ਆ, ਇਹਨਾਂ ਨੂੰ ਮੈਂ ਨਿੱਕੇ ਨਿੱਕੇ ਕੱਟੂੰਗੀ, ਛੋਟੇ ਛੋਟੇ ਪੀਸਿਸ ਆਪਾਂ ਇਹਦੇ ਕਰਾਂਗੇ। ਅਸੀਂ ਇਹ ਕੱਟਣ ਵਾਲਾ ਕੰਮ ਪਹਿਲਾਂ ਕਰਨਾ ਸੀਗਾ, ਪਰ ਹੁਣ ਮੈਂ ਕਰਨ ਲੱਗੀ ਹਾਂ, ਪੀਸਿਸ ਕੱਟ ਕਰਨ ਲੱਗੀ ਹਾਂ। ਵਿਆਹ ਤੋਂ ਪਹਿਲਾਂ ਮੈਂ ਬਿਲਕੁਲ ਵੈਜੀਟੇਰੀਅਨ ਸੀ, ਮੈਂ ਚਿਕਨ ਨਹੀਂ ਸੀ ਖਾਂਦੀ, ਕਿਉਂਕਿ ਪਾਪਾ ਨੇ ਅੰਮ੍ਰਿਤ ਛਕਿਆ ਸੀਗਾ, ਅਤੇ ਮੰਮੀ ਨੇ ਵੈਸੇ ਉਹਨਾਂ ਨੇ ਮੈਨੂੰ ਕਦੀ ਮਨਾ ਨਹੀਂ ਕੀਤਾ ਕਿ ਤੁਸੀਂ ਨਹੀਂ ਖਾਣਾ, ਅਤੇ ਬਸ ਐਵੇਂ ਹੀ ਉਹ ਹੁੰਦਾ ਸੀਗਾ, ਨਹੀਂ ਖਾਣਾ ਜੇ ਉਹ। ਫਿਰ ਕਵਲ ਚਿਕਨ ਖਾਂਦੇ ਸੀਗੇ, ਅਤੇ ਫਿਰ ਆਪਾਂ ਵੀ ਖਾਣ ਲੱਗ ਪਏ। ਸੋ ਹੁਣ ਮੈਂ ਕਦੀ ਕਦਾਈ ਆਪੇ ਵੈਜੀਟੇਰੀਅਨ ਹੋ ਜਾਂਦੀ ਹਾਂ, ਕਦੀ ਕਦਾਈ ਚਿਕਨ ਖਾਣ ਲੱਗ ਜਾਂਦੀ ਹਾਂ। ਸੋ ਬਾਕੀ ਮੈਨੂੰ ਐਂ ਲੱਗਦਾ ਵੀ ਇਹ ਜਿਹੜਾ ਨਾ ਇਹ ਪਰਸਨ ਟੂ ਪਰਸਨ ਵੇਰੀ ਕਰਦਾ, ਕਿਸੇ ਦਾ ਮਨ ਕਰਦਾ ਖਾਣ ਨੂੰ ਖਾਵੇ, ਕਿਸੇ ਦਾ ਨਹੀਂ ਕਰਦਾ ਉਹ ਨਾ ਖਾਵੇ, ਇਹਦੇ 'ਚ ਕੋਈ ਕਿਸੇ ਨੂੰ ਸਲਾਹ ਸਲੂਹ ਦੇਣ ਵਾਲਾ ਕੰਮ ਹੁੰਦਾ ਰਹਿੰਦਾ। ਸੋ ਇਹ ਚੁੰਨੀ ਨਾ ਕਿਚਨ 'ਚ ਮੇਰੇ ਲਈ ਜਾਂਦੀ, ਫਿਰ ਮੇਰੇ ਕੋਲ ਨਾ ਕੰਮ ਨਹੀਂ ਹੁੰਦਾ ਚੰਗੀ ਤਰ੍ਹਾਂ, ਇਸ ਕਰਕੇ ਮੈਂ ਕਿਚਨ 'ਚ ਤਾਂ ਇੱਦਾਂ ਹੀ ਰਹਿੰਦੀ ਹਾਂ। ਬਸ ਮੇਰੇ ਕੋਲ ਐਪਰਨ ਪਿਆ ਵਾ, ਨਵਾਂ ਸੂਟ ਪਾਇਆ ਵਾ, ਅਤੇ ਐਪਰਨ ਮੈਂ ਉੱਤੇ ਲੈ ਨਹੀਂ ਰਹੀ, ਐਪਰਨ ਲੈ ਲੈਣਾ ਚਾਹੀਦਾ ਸੀ। ਫਾਈਨਲੀ ਮੈਂ ਐਪਰਨ ਪਾ ਹੀ ਲਿਆ, ਮੈਂ ਕਿਹਾ ਚਲੋ। ਪਹਿਲਾਂ ਮੈਨੂੰ ਬੜਾ ਅਜੀਬ ਲੱਗਦਾ ਹੁੰਦਾ ਜਦੋਂ ਮੈਂ ਜਿੱਦਾਂ ਚਿਕਨ ਚੁਕਨ ਕੱਟਦੀ, ਮੈਨੂੰ ਬਣਾਉਣਾ ਨਹੀਂ ਸੀ ਆਉਂਦਾ ਸਾਰਾ ਕੁਛ, ਮੈਂ ਵਿਆਹ ਤੋਂ ਬਾਅਦ ਹੀ ਸਿੱਖਿਆ ਵਾ ਚਿਕਨ ਵਗੈਰਾ ਬਣਾਉਣਾ, ਅਤੇ ਪਹਿਲਾਂ ਮੈਨੂੰ ਇੱਦਾਂ ਕੁੱਟਣਾ ਬੜਾ ਅਜੀਬ ਲੱਗਦਾ ਹੁੰਦਾ ਸੀ, ਪਰ ਚਲੋ ਹੁਣ ਆਦਤ ਪੈ ਗਈ ਹੈ। ਹੁਣ ਛਿੱਲਣ ਦਾ ਨਾ ਮੈਂ ਨੈੱਟ 'ਤੇ ਆ ਤਰੀਕਾ ਵੇਖਿਆ ਸੀਗਾ, ਇਹ ਮੈਂ ਟਰਾਈ ਕਰਨ ਲੱਗੀ, ਮਤਲਬ ਛਿੱਲਣ ਦਾ ਇਨ ਦਾ ਸੈਂਸ ਕਿ ਹੁਣ ਇਹਨੂੰ ਆਪਾਂ ਨਾ ਮਾਈਕ੍ਰੋਵੇਵ ਕਰਾਂਗੇ, ਪਹਿਲਾਂ ਇੱਥੇ ਓਇਲਿੰਗ ਕਰਦੇ ਹਾਂ ਇਹਨੂੰ, ਮਤਲਬ ਇੱਥੇ ਓਇਲ ਲਗਾ ਲੈਂਦੇ ਹਾਂ, ਫਿਰ ਇਹਨੂੰ ਆਪਾਂ ਮਾਈਕ੍ਰੋਵੇਵ 'ਚ ਰੱਖਾਂਗੇ, ਅਤੇ ਫਿਰ ਇਹਨੂੰ ਪੀਲ ਕਰ ਲਾਂਗੇ, ਦੇਖਦੇ ਹਾਂ ਵੀ ਕਿੱਦਾਂ ਇਹ ਵਰਕ ਕਰਦਾ ਕਿ ਨਹੀਂ ਕਰਦਾ। ਲਸਣ 'ਤੇ ਪਟਾਕੇ ਮਾਰਨ ਡਿਆ, ਪਰ ਆਹ ਵੇਖੋ ਛਿੱਲਿਆ ਗਿਆ ਜੀ, ਆਹ ਵੇਖੋ ਕਈ ਥਾਵਾਂ ਤੋਂ ਛਿੱਲਿਆ ਗਿਆ, ਪਰ ਇਹ ਪਟਾਕੇ ਮਾਰਨ ਡਿਆ, ਇਸ ਕਰਕੇ ਮੈਂ ਕੱਢ ਲਿਆ ਵਾ। ਲਸਣ ਦੀ ਤੁਰੀ ਬਿਲਕੁਲ ਹੀ ਨਿਕਲ ਆਈ ਜੀ, ਛੱਡੋ ਪਰੇ ਮੈਨੂੰ ਡਰ ਲੱਗਣ ਡਿਆ ਹੁਣ।
ਵੈਸੇ ਮੈਂ ਡਰ ਗਈ, ਮੈਂ ਛੇਤੀ ਕੱਢ ਲਿਆ, ਪਰ ਇਹ ਨਾ ਬਹੁਤ ਜਲਦੀ ਪੀਲ ਹੋ ਰਿਹਾ, ਵੇਖੋ ਨਿਕਲੀ ਜਾ ਰਹੀਆਂ ਛਿਲੜਾਂ ਵਿੱਚੋਂ, ਬਸ ਐਂ ਐਂ ਹੀ ਕਰਨਾ ਪੈ ਰਿਹਾ ਵਾ, ਅਤੇ ਆ ਵੇਖੋ ਨਿਕਲ ਗਿਆ। ਮੈਨੂੰ ਲਸਣ ਛਿਲਣਾ ਬੜਾ ਔਖਾ ਕੰਮ ਲੱਗਦਾ, ਅਤੇ ਆਹ ਪਰ ਛੇਤੀ ਹੋ ਰਿਹਾ ਵਾ। ਵੇਖਿਓ ਇੱਥੋਂ ਹੈ, ਭਾਂਡੇ ਸਾਫ ਕੀਤੇ ਵੀ ਅਜੇ ਲਾਏ ਨੇ। ਕਹਿਣਾ ਵੀ ਕਿੱਡੀ ਇਹ ਤਿਆਰ ਸ਼ਿਆਰ ਹੋ ਕੇ ਅਤੇ ਕਿਚਨ 'ਚ ਬਣਾਉਣ ਡਈ ਆ, ਅਤੇ ਮੈਂ ਐਕਚੁਅਲੀ ਤਿਆਰ ਹੋਈ ਹਾਂ ਵੀਡੀਓ ਦੇ ਪਰਪਸ ਨੂੰ, ਕੋਮੇਡੀ ਵੀਡੀਓ ਸ਼ੂਟ ਕਰਨੀ ਆ, ਅਤੇ ਉਹਦੇ ਲਈ ਮੈਂ ਤਿਆਰ ਹੋਈ ਹਾਂ, ਅਤੇ ਫਿਰ ਕਵਲ ਦੇ ਚਿਕਨ ਬਿਰਿਆਨੀ ਦਾ ਕਹਿਤਾ ਅਤੇ ਮੈਂ ਉੱਧਰ ਲੱਗ ਗਈ ਹਾਂ। ਸੋ ਇਸ ਕਰਕੇ ਮੈਂ ਤਿਆਰ ਸ਼ਿਆਰ, ਹੁਣ ਇੱਥੇ ਲਾਈਟ ਕਿਹੜੀ ਸੋਹਣੀ ਆ, ਅਤੇ ਕਿਚਨ 'ਚ ਲਾਈਟ ਨਹੀਂ ਸੋਹਣੀ ਆਉਂਦੀ। ਹੁਣ ਬਸ ਛੇਤੀ ਮੈਂ ਤੁਹਾਨੂੰ ਜਿਹੜਾ ਵਾ ਹੋਮ ਟੂਰ ਕਰਾਊਂਗੀ, ਇੱਥੋਂ ਵਾਲਾ ਵੀ, ਵੈਸੇ ਅੱਧਾ ਹੋਮ ਟੂਰ ਤੁਸੀਂ ਐਂ ਕਰ ਲੈਂਦੇ ਹੋ, ਅਤੇ ਆਹ ਮੈਂ ਇੱਕ ਐਕਸਪੈਰੀਮੈਂਟ ਕਰਨ ਡਈ ਹਾਂ, ਜੇ ਤਾਂ ਇਹ ਪਾਸ ਹੋ ਗਿਆ ਫਿਰ ਮੈਂ ਤੁਹਾਡੇ ਨਾਲ ਰੈਸਪੀ ਸ਼ੇਅਰ ਕਰੂੰਗੀ, ਫਿਲਹਾਲ ਮੈਂ ਤੁਹਾਨੂੰ ਐਕਸਪੈਰੀਮੈਂਟ ਪਕਾਉਂਦੀ ਹਾਂ। ਪਾਸ ਹੁੰਦਾ ਮੇਰਾ ਐਕਸਪੈਰੀਮੈਂਟ, ਫੇਲ ਹੁੰਦਾ ਟਰਾਈ ਕਰਦੇ ਹਾਂ। ਮੈਂ ਦੇ ਪਾਪਾ ਨੂੰ ਕਿਹਾ ਸੀ ਵੀ ਨਿਆਮਾ ਦੇ ਡਾਇਪਰ ਪਾ ਦਿਓ, ਤੇ ਉਹਨਾਂ ਨੇ ਪਾਤਾ। ਨਿਆਮਾ ਤੇ ਹੈਲੋ ਕਰ, ਇੱਧਰ ਹੈਲੋ ਕਰ। ਆਹ ਇਮਰੋਜ਼ ਸਿੰਘ, ਇਮਰੋਜ਼ ਤੇਰੇ ਵਾਲ ਕਿਉਂ ਖਿਲ ਰਹੇ ਆ? ਮੈਂ ਸਿਰ ਨਾ ਤਾਜ। ਕੀ ਖਾਣੇ ਆ? ਸਿਰ ਨਾ ਤਾਜ। ਕੀ ਖਾਣੇ ਆ? ਬਰਾਨੀ ਅੱਜ। ਬਰਾਨੀ ਖਾਣੇ ਆ? ਬਰਾਨੀ, ਆਹ ਮੇਰੀ ਬਰਾਨੀ ਆ ਗਈ। ਤੇਰੇ ਪੁੱਠੇ ਕੰਮ, ਲੋਕੀ ਜਦੋਂ ਬਾਹਰ ਜਾਣ ਲੱਗਦੇ ਨਾ ਤਾਂ ਤਿਆਰ ਸ਼ਿਆਰ ਹੋ ਕੇ ਫਰੋਕ ਸੂਟ ਵਗੈਰਾ ਪਾਉਂਦੇ, ਅਤੇ ਮੈਂ ਸਵੇਰ ਦੀ ਫਰੋਕ ਸੂਟ ਪਾ ਕੇ ਘੁੰਮਣ ਨਹੀਂ ਘਰੇ, ਅਤੇ ਹੁਣ ਚੱਲੀ ਹਾਂ, ਅਤੇ ਟੀ ਸ਼ਰਟ ਪਾ ਲਿਆ, ਟੀ ਸ਼ਰਟ ਪਜਾਮਾ ਪਾ ਲਿਆ। ਐਕਚੁਅਲੀ ਮੰਡੀ ਜਾਣਾ ਵਾ, ਅਤੇ ਫਿਰ ਮੈਨੂੰ ਇਹ ਵੀ ਥੋੜ੍ਹਾ ਕੰਫਰਟੇਬਲ ਜਿਹਾ ਰਹਿਣਾ ਚਾਹੀਦਾ, ਹੈ ਨਾ। ਆਹ ਮੇਰਾ ਨਵਾਂ ਕਵਰ ਆ ਫੋਨ ਦਾ, ਮੈਂ ਕੱਲ੍ਹ ਮਾਰਕੀਟ 'ਚੋਂ ਲਿਆਈ ਸੀ, ਕਿਵੇਂ ਲੱਗਾ ਦੱਸਿਓ? ਇਹ ਮੰਡੀ ਵਾਲਾ ਕਲਚਰ ਤਾਂ ਜ਼ਿਆਦਾ ਇੱਥੇ ਹੀ ਆ, ਮਤਲਬ ਸਾਨੂੰ ਇੱਥੇ ਇਸ ਕਰਕੇ ਕਿ ਇੱਥੇ ਸਬਜ਼ੀ ਨੋਰਮਲੀ ਮਹਿੰਗੀ ਮਿਲਦੀ ਆ, ਅਤੇ ਮੰਡੀ 'ਚ ਫਿਰ ਵੀ ਸਸਤੀ ਹੁੰਦੀ, ਅਤੇ ਇੱਕ ਮੰਡੀ ਲੱਗਦੀ ਸਾਡੇ ਲਾਗੇ ਆ। ਅੰਮ੍ਰਿਤਸਰ ਵੈਸੇ ਅਸੀਂ ਨੋਰਮਲ ਨੋਰਮਲੀ ਲੈ ਲੈਂਦੇ ਹੁੰਦੇ ਸੀ, ਜਿੱਦਾਂ ਗਲੀ 'ਚੋਂ ਲੈ ਲਈ ਜਾਂ ਛਾਟੇ ਬਾਜ਼ਾਰ 'ਚ ਜਾ ਕੇ ਲੈ ਆਈ ਦੀ ਸੀਗੀ, ਅਤੇ ਇੱਥੇ ਵਾਹਵਾ ਮੰਡੀ 'ਚ ਥੋੜ੍ਹੀ ਜ਼ਿਆਦਾ ਸਸਤੀ ਮਿਲਦੀ, ਮਤਲਬ ਕਾਫੀ ਫਰਕ ਹੁੰਦਾ। ਜਿਵੇਂ ਅੰਬ ਹੁਣ ਇੱਥੇ 200 ਰੁਪਏ ਹੋਏ ਪਏ ਆ, ਜਦੋਂ ਮੈਂ ਪਿਛਲੇ ਸੰਡੇ ਦੀ ਮੰਡੀ ਗਈ ਸੀਗੀ ਉਦੋਂ 120 ਅਤੇ 150 ਸੀਗੇ, ਹੈ ਨਾ। ਅਤੇ ਸਾਰੀਆਂ ਚੀਜ਼ਾਂ ਦਾ ਇੰਨਾ ਇੰਨਾ ਫਰਕ ਹੁੰਦਾ ਮੰਡੀ ਦੇ ਵਿੱਚ। ਸੋ ਅਜੇ ਤੱਕ ਤਾਂ ਸਾਨੂੰ ਸੰਡੇ ਵਾਲੀ ਮੰਡੀ ਦਾ ਪਤਾ, ਜਿਹੜੀ ਅੰਬ ਸਾਹਿਬ ਸਾਹਮਣੇ ਲੱਗਦੀ ਆ, ਨੌਂ ਫੇਸ ਹੋਰ ਕੋਈ ਮੰਡੀ ਲੱਗਦੀ ਆ ਨਾ, ਅਤੇ ਉਹ ਵੀ ਦੱਸਿਓ। ਚਲੋ ਚਲੋ, ਆਈ ਮਰੋਜ਼ ਪਾਰਕ ਤੋਂ ਵਾਪਸ ਆ ਰਿਹਾ। ਇਹ ਸਾਈਕਲ ਅਸੀਂ ਇਹਨੂੰ ਬਰਥਡੇ ਦੇ ਉੱਤੇ ਗਿਫਟ ਕੀਤਾ ਸੀ, ਅਤੇ ਹੁਣ ਇਹਨੇ ਚਲਾਉਣਾ ਵੀ ਸਿੱਖ ਲਿਆ। ਵੈਸੇ ਇਹਨੂੰ ਪਹਿਲਾਂ ਹੀ ਆਉਂਦਾ ਸੀਗਾ, ਸ਼ੈਤਾਨੀ ਚੀਜ਼ਾਂ ਇਹ ਕਾਫੀ ਛੇਤੀ ਸਿੱਖ ਲੈਂਦਾ ਮਰੋਜ਼ ਸਾਡਾ। ਅਤੇ ਉਸ ਤੋਂ ਬਾਅਦ ਅਸੀਂ ਜਾ ਰਹੇ ਸੀਗੇ ਮੰਡੀ, ਅਤੇ ਰਸਤੇ 'ਚ ਆਹ ਵੇਖੋ, ਹੈ ਨਾ, ਜਿੱਦਾਂ ਬੜੇ ਆਰਾਮ ਨਾਲ ਵਿਚਾਰੀਆਂ ਪਈਆਂ ਸੀ ਦੋਵੇਂ ਜਾਣੀਆਂ, ਆਪਸ 'ਚ ਇੰਜੋਏ ਕਰ ਰਹੀਆਂ ਸੀਗੀਆਂ। ਅਤੇ ਮਤਲਬ ਜਦੋਂ ਤੁਸੀਂ ਇਹੋ ਜਿਹਾ ਕੁਛ ਵੇਖਦੇ ਹੋ ਤਾਂ ਇੱਕ ਵਾਰੀ ਰੱਬ ਦਾ ਸ਼ੁਕਰਾਨਾ ਕਰਿਆ ਕਰੋ। ਉਸ ਤੋਂ ਬਾਅਦ ਸ਼ਾਮ ਨੂੰ ਮੈਂ ਖਾਧੇ ਗੋਲ ਗੱਪੇ, ਇਹਦੇ ਬਾਰੇ ਕਿਸੇ ਨੂੰ ਨਹੀਂ ਪਤਾ, ਸਿਰਫ ਤੁਹਾਨੂੰ ਹੀ ਦੱਸਿਆ। ਇਹ ਅਗਲੇ ਦਿਨ ਸਵੇਰ ਦੀ ਵੀਡੀਓ ਹੈ, ਅਸੀਂ ਜਾ ਰਹੇ ਹਾਂ ਡਾਕਟਰ ਕੋਲ ਚੈੱਕਅਪ ਕਰਾਉਣ ਲਈ ਸਵੇਰੇ 8:30 ਵਜੇ ਕਰਾਉਣੀ। ਚੰਡੀਗੜ੍ਹ ਦੀ ਸਭ ਤੋਂ ਖੂਬਸੂਰਤ ਚੀਜ਼ ਇਹ ਰੁੱਖ। ਅਤੇ ਉਸ ਤੋਂ ਬਾਅਦ ਘਰੇ ਆ ਕੇ ਗਰਮੀ ਦੇ ਹੋ ਗਏ ਬੁਰੇ ਹਾਲ, ਅਤੇ ਸੁੱਤੀ ਸੀਗੀ ਮੈਂ, ਅਤੇ ਫਿਰ ਮੇਰਾ ਆਇਆ ਐਮਾਜ਼ੋਨ ਦਾ ਪਾਰਸਲ, ਆ ਵੱਡਾ ਸਾਰਾ ਪਾਰਸਲ ਆ ਗਿਆ ਜੀ। ਸੋਏ ਮੰਗਵਾਈ ਸੀ ਮੈਂ ਰਿੰਗ ਲਾਈਟ, ਮੇਰੀ ਪਹਿਲੀ ਜਿਹੜੀ ਲਾਈਟ ਸੀ ਉਹ ਟੁੱਟ ਗਈ ਸੀ, ਅਤੇ ਇੱਥੇ ਵੀਡੀਓਜ਼ ਸ਼ੂਟ ਕਰਨੀਆਂ ਕਾਫੀ ਦਿੱਕਤ ਆਉਂਦੀ, ਅਤੇ ਮੇਰੇ ਨਿਆਣੇ ਦੇ ਕੰਮ ਵੇਖੋ, ਆਲਮਾਰੀ ਦਾ ਹਾਲ ਇਹਨਾਂ ਨੇ ਕੀ ਕੀਤਾ, ਇੰਨੇ ਪੁੱਠੇ ਕੰਮ ਕਰਦੇ ਆ ਨਾ। ਪਰ ਫਿਰ ਆਪਣਾ ਬਚਪਨ ਯਾਦ ਕਰਕੇ ਕਹੀਦਾ ਵੀ ਅਸੀਂ ਵੀ ਦੇਖੋ ਕੁਛ ਹੀ ਕਰਦੇ ਰਹੇ ਆ। ਜਾ ਰਹੇ ਹੋ ਪਾਰਕ? ਸੋ ਆਹ ਹੋ ਗਏ ਨੇ ਜੂੜੀਆਂ ਕਰਕੇ ਰੈਡੀ, ਮਿਸ ਨਾਮਕੌਰ ਪਵਾ ਰਹੀ ਆਪਣੇ ਪਾਪਾ ਕੋਲੋਂ ਸੈਂਡਲ, ਅਤੇ ਇਹ ਜਾ ਰਹੇ ਨੇ ਹੁਣ ਪਾਰਕ ਸ਼ਾਮ ਨੂੰ ਪਲੇ ਕਰਨ ਵਾਸਤੇ, ਅਤੇ ਇਹ ਇਹਨਾਂ ਦੀ ਰੈਗੂਲਰ ਰੂਟੀਨ ਹੈ, ਸ਼ਾਮ ਨੂੰ ਪਾਰਕ ਜਾਂਦੇ ਨੇ। ਰੋਜ਼ ਹੋਮਵਰਕ ਕਰ ਲਿਆ? ਹਾਂਜੀ। ਕਿੰਨਾ ਕੁ ਰਹਿੰਦਾ ਹੈ ਸਮਰ ਵੋਕੇਸ਼ਨ ਦਾ ਹੋਮਵਰਕ? ਥੋੜ੍ਹਾ ਜਿਹਾ। ਝੂਠ ਹੈ? ਬਿੰਦੀ ਜੋਸ਼ੀ ਮੈਮ ਨੇ ਵੇਖਣੀ ਹੈ ਤੇਰੀ ਵੀਡੀਓ, ਕੋਈ ਨਹੀਂ। ਬਿੰਦੀ ਜੋਸ਼ੀ ਮੈਮ ਨੇ ਕਿਉਂ ਵੇਖਣਗੇ? ਵੇਖਣਗੇ, ਉਹਨਾਂ ਨੂੰ ਮੈਂ ਦੱਸਦੀ ਹਾਂ ਮੈਮ ਨੂੰ ਕਿ ਮੈਮ ਇਹਨੇ ਹੋਮਵਰਕ ਨਹੀਂ ਕੰਪਲੀਟ ਕੀਤਾ ਆਪਣਾ। ਬਾਏ ਕਰੋ ਨਿਆਮਤ।
ਥੈਂਕ ਯੂ ਜੀ। ਦੋਸਤੋ ਉਮੀਦ ਕਰਦੀ ਹਾਂ ਤੁਹਾਨੂੰ ਇਹ ਵਲੌਗ ਪਸੰਦ ਆਇਆ ਹੋਊਗਾ। ਇਹੋ ਜਿਹੇ ਹੋਰ ਵਲੌਗ ਵੇਖਣ ਵਾਸਤੇ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਮਿਲਦੇ ਹਾਂ ਕੱਲ੍ਹ ਵਾਲੇ ਵਲੌਗ 'ਚ। ਬਾਏ ਬਾਏ।